ਤੁਹਾਡਾ ਨਾਮ ਤੁਸੀਂ ਤੁਹਾਡੇ ਕੀ? ਮੇਰਾ ਨਾਮ ਦਿਆਲ ਸਿੰਘ ਜੀ ਅਤੇ ਆਪਣੇ ਉਹ ਰਜੇਸ਼ ਜੀ ਆਪਣੇ ਰੋਟੀ ਦੀ ਭਾਲ ਵਿੱਚ ਆਪਣੇ ਕਾਰੋਬਾਰ ਦੇ ਭਾਲ ਦੇ ਵਿੱਚ ਇਟਲੀ ਗਏ ਹੋਏ ਸੀ ਅਤੇ ਉਸ ਡਿਸਪਰੈਸ਼ਨ 'ਚ ਜਾਣ ਦੇ ਨਾਲ ਉਹਨਾਂ ਦੀ ਮੌਤ ਹੋ ਗਈ। ਮੌਤ ਕਿਹਨਾਂ ਕਾਰਨਾਂ ਕਰਕੇ ਹੋਈ, ਕਿੱਦਾਂ ਹੋਈ, ਉਹ ਇਸ ਬਾਰੇ ਸਾਨੂੰ ਕੋਈ ਪਤਾ ਨਹੀਂ ਚੱਲਿਆ ਹੈ ਕਿਉਂਕਿ ਆਪਾਂ ਇੰਡੀਆ ਬੈਠੇ ਹੋਏ ਹਾਂ। ਉਹਨਾਂ ਦੀ ਜਿਹੜੀ ਡੈੱਡ ਬਾਡੀ ਜਿਹੜੀ ਹੈ ਸਾਨੂੰ ਇੱਥੇ ਪਛਾਣ 'ਚ, ਗਰੀਬ ਪਰਿਵਾਰ ਹੈਗਾ ਸੀ, ਫਾਦਰ ਸਿਰ 'ਤੇ ਨਹੀਂ ਹੈਗੇ, 4 ਸਾਲ ਪਹਿਲੇ ਫਾਦਰ ਗੁਜ਼ਰ ਗਏ ਸੀ ਅਤੇ ਉਸ ਤੋਂ ਬਾਅਦ ਮਦਰ ਔਰ ਆਪਣੇ ਦੋ ਲੜਕੀਆਂ ਜਿਹੜੀਆਂ ਹੈਗੀਆਂ ਸੀ ਉਹ ਘਰ 'ਚ ਆਪਣੀ ਇੱਕ ਦੋ ਭੈਣਾਂ ਹੈਗੀਆਂ ਇਹਨਾਂ ਦੀਆਂ, ਪੈਸੇ ਦੀ ਮਾਲੀ ਹਾਲਤ ਜਿਹੜੀ ਕਾਫੀ ਕਮਜ਼ੋਰ ਹੈਗੀ ਸੀ। ਫਿਰ ਆਪਾਂ ਨੇ ਸੰਨੀ ਦਿਓਲ ਜੀ ਨੂੰ ਰਿਕੁਐਸਟ ਕੀਤੀ, ਸਾਡੀ ਰਿਕੁਐਸਟ ਦੇ ਉੱਪਰ ਉਹਨਾਂ ਨੇ ਡੈੱਡ ਬਾਡੀ ਜਿਹੜੀ ਆ ਇੰਡੀਆ ਪਹੁੰਚਾਉਣ ਦੇ ਵਿੱਚ ਕਾਫੀ ਮਦਦ ਕੀਤੀ। ਉਹਨਾਂ ਨੇ ਕੀ ਕੀਤਾ ਫਿਰ? ਉਹਨਾਂ ਨੇ ਅੰਬੈਸੀ ਨੂੰ ਲਿਖਿਆ ਹੋਏਗਾ ਜੀ, ਅੰਬੈਸੀ ਨੇ ਇਟਲੀ ਆ ਅੰਬੈਸੀ ਨੂੰ ਲਿਖਿਆ ਹੋਏਗਾ ਅਤੇ ਇਸ ਕਰਕੇ ਸਾਡੀ ਡੈੱਡ ਬਾਡੀ ਜਿਹੜੀ ਇੰਡੀਆ ਪਹੁੰਚਾਉਣ 'ਚ ਇੱਕ ਵੀ ਪੈਸੇ ਦਾ ਖਰਚਾ ਜਿਹੜਾ ਸਾਡਾ ਨਹੀਂ ਆਇਆ ਲੱਗਾ। ਕਿੰਨੇ ਪੈਸੇ ਮੰਗੇ ਗਏ ਸੀ ਉੱਥੋਂ? ਸਾਨੂੰ ਜੋ ਜਿੰਨਾ ਪਤਾ ਲੱਗਾ ਜੀ 3200 ਯੂਰੋ ਦਾ ਖਰਚਾ ਸੀ ਉੱਥੇ ਦਾ ਹੀ, ਬਾਕੀ ਖਰਚਾ ਅਲੱਗ ਹੈਗਾ ਸੀ ਸਰ। ਪਰ ਉਹ ਜਿੰਨਾ ਵੀ ਖਰਚਾ 3200 ਯੂਰੋ, 3400 ਯੂਰੋ ਜਾਂ 2.5-3 ਲੱਖ ਜੋ ਵੀ ਲਗਾਇਆ, ਆਪਾਂ ਇੱਕ ਪੈਸਾ ਨਹੀਂ ਖਰਚਿਆ ਪਰਿਵਾਰ ਦੇ ਮੈਂਬਰਾਂ ਨੇ, ਸਾਰਾ ਖਰਚਾ ਜੋ ਹੈ ਉਹ ਸੰਨੀ ਦਿਓਲ ਜੀ ਦੀ MP ਡਿਸਟ੍ਰਿਕਟ ਗੁਰਦਾਸਪੁਰ। ਕੀ ਕਹਿਣਾ ਚਾਹੁੰਦੇ ਉਹਨਾਂ? ਧੰਨਵਾਦ, ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਨਾ ਚਾਹੁੰਦੇ ਹਾਂ, ਬਹੁਤ ਬਹੁਤ ਥੈਂਕਸ ਕਰਨਾ ਚਾਹੁੰਦੇ ਹਾਂ। ਤੁਹਾਡੇ ਕੀ ਲੱਗਦਾ? ਮੇਰੇ ਰਿਲੇਟਿਵ ਹੈਗੇ ਜੀ, ਮੇਰੇ ਬ੍ਰਦਰ ਦੇ ਸਾਲੇ ਦਾ ਮੁੰਡਾ। ਅਤੇ ਸਰ ਉਹਦੇ ਵਿੱਚ ਤੁਸੀਂ ਜਿਹੜਾ ਹੈਗਾ ਕਿ ਚਾਹੁੰਦੇ ਹੋ ਕਿ ਜਾਂਚ ਹੋਵੇ ਕਿ ਉਹਨਾਂ ਦੀ ਡੈੱਥ ਕਿੱਦਾਂ ਹੋਈ ਹੈ? ਜਦੋਂ ਡੈੱਥ ਹੋ ਗਈ ਜੀ ਆਪਾਂ ਜਾਂਚ ਬਾਅਦ ਇਟਲੀ ਕੌਣ ਜਾਏਗਾ ਜੀ, ਕੌਣ ਕਰੇਗਾ? ਇਸ ਕਰਕੇ ਆਪਾਂ ਚਾਹੁੰਦੇ ਹਾਂ ਜਿੰਨਾ ਵੀ ਹੋਗਾ ਜੋ ਰੱਬ ਨੂੰ ਮਨਜ਼ੂਰ ਹੀ ਹੋ ਗਿਆ ਜੀ। ਸੰਨੀ ਦਿਓਲ ਨੂੰ ਕਿੱਦਾਂ ਮਿਲੇ ਸੀ ਤੁਸੀਂ? ਸੰਨੀ ਦਿਓਲ ਨੂੰ ਆਪਾਂ ਮਿਲੇ ਜੀ, ਆਪਾਂ MP ਹੈਗੇ ਸਾਡੇ, ਬਾਕੀ ਉਹਨਾਂ ਨਾਲ ਅਸੀਂ ਵੋਟਾਂ ਵਾਟਾਂ ਪਾਈਆਂ, ਸਾਨੂੰ ਸਾਡੇ MP ਹੈਗੇ, MP ਨਾਲ ਅਸੀਂ ਨਹੀਂ ਮਿਲਾਂਗੇ ਤਾਂ ਕੌਣ ਮਿਲੇ? ਫੋਨ 'ਤੇ ਮਿਲੇ? ਹਾਂਜੀ ਫੋਨ 'ਤੇ ਮਿਲੇ। ਉਹਨਾਂ ਨੇ ਕਿੱਥੇ ਗੱਲ ਕੀਤੀ? ਉਹਨਾਂ ਵਿਦੇਸ਼ ਮੰਤਰਾਲੇ ਗੱਲ ਕੀਤੀ।